ਤੇ ਦੋਸਤੋ ਸਾਡੇ ਨਾਲ ਅੱਜ ਬਹੁਤ ਹੀ ਹੋਣ ਹਾਰ ਫਿਲਮ ਡਾਇਰੈਕਟਰ ਬਿੱਟੂ ਮਾਨ ਫਿਲਮਸ ਤੋਂ ਪਹੁੰਚੇ ਨੇ ਤੇ ਬਿੱਟੂ ਭਾਈ ਨਾਲ ਗੱਲ ਕਰ ਲੈਨੇ ਆ ਕਿ ਇਹ ਅੱਜ ਉਡੀਕ ਫਿਲਮ ਦੀ ਰਿਲੀਜ਼ਿੰਗ ਤੇ ਪਹੁੰਚੇ ਨੇ ਤੇ ਉਡੀਕ ਫਿਲਮ ਬਾਰੇ ਇਹ ਆਪਣੇ ਦੋ ਸ਼ਬਦ ਤੁਹਾਡੇ ਨਾਲ ਸਾਂਝੇ ਕਰਨੇ ਚਾਣਗੇ ਸੱਸੀ ਗੱਲ ਦੋਸਤੋ ਮੈਂ ਬਿੱਟੂ ਮਾਨ ਉਡੀਕ ਫਿਲਮ ਅੱਜ ਉਡੀਕ ਫਿਲਮ ਦਾ ਅੱਜ ਪ੍ਰੋਮੋ ਟੇਲਰ ਰਿਲੀਜ਼ ਹੋਇਆ ਜਿਹੜਾ ਅਸੀਂ ਦੇਖਿਆ ਬਹੁਤ ਹੀ ਸੋਹਣਾ ਟੇਲਰ ਆ ਤੇ ਜੇ ਟੇਲਰ ਇੰਨਾ ਸੋਹਣਾ ਫਿਲਮ ਵੀ ਬਹੁਤ ਸੋਹਣੀ ਹੋਏਗੀ ਖਾਸ ਕਰਕੇ ਸਬਜੈਕਟ ਬਹੁਤ ਹੀ ਸੋਹਣਾ ਆ ਪੰਜਾਬ ਤੇ ਆਧਾਰਿਤ ਆ ਤੇ ਇਸ ਦੇ ਜੋ ਪ੍ਰੋਡੂਸਰ ਪ੍ਰੋਡੂਸਰ ਨੇ ਜੇਪੀ ਧਾਰੀਵਾਲ ਸਾਹਿਬ ਜੀ ਐਕਟਰ ਵੀ ਜੇਪੀ ਧਾਰੀਵਾਲ ਸਾਹਿਬ ਜੀ ਆ ਔਰ ਖਾਸ ਔਰ ਇਸ ਦੇ ਡਾਇਰੈਕਟਰ ਜੋ ਮਲਕੀਸ਼ ਸਿੰਘ ਨੇ ਮੇਰੇ ਬਹੁਤ ਹੀ ਅੱਛੇ ਦੋਸਤ ਨੇ ਤੇ ਬਹੁਤ ਹੀ ਸੋਹਣੀ ਫਿਲਮ ਬਣਾਈ ਜਣਾ ਨੇ ਬਹੁਤ ਹੀ ਸੋਹਣੀ ਸਟੋਰੀ ਆ ਬਹੁਤ ਸੋਹਣੇ ਡਾਇਲੋਗ ਨੇ ਤੇ ਉਮੀਦ ਆ ਕਿ ਤੁਹਾਨੂੰ ਬਹੁਤ ਹੀ ਵਧੀਆ ਫਿਲਮ ਲੱਗੇਗੀ ਔਰ ਕਿਉਂਕਿ ਅਸੀਂ ਟੇਲਰ ਦੇਖਿਆ ਸਾਨੂੰ ਟੇਲਰ ਬਹੁਤ ਹੀ ਸੋਹਣਾ ਲੱਗਾ ਤੇ ਮੈਂ ਇਸ ਪੂਰੀ ਟੀਮ ਨੂੰ ਇਹ ਜੇਪੀ ਪ੍ਰੋਡਕਸ਼ਨ ਹਾਊਸ ਨੂੰ ਪੂਰੇ ਨੂੰ ਮੈਂ ਬਹੁਤ ਬਹੁਤ ਮੁਬਾਰਕਾ ਦਿੰਦਾ ਔਰ ਖਾਸ ਕਰਕੇ ਡੀਪੀਸੀ ਚੈਨਲ ਵਾਲਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਇੱਥੇ ਆਏ ਇੱਥੇ ਆ ਕੇ ਉਹਨਾਂ ਨੇ ਆਪਣਾ ਯੋਗਦਾਨ ਪਾਇਆ ਤੇ ਇਸ ਪ੍ਰੋਗਰਾਮ ਨੂੰ ਕਵਰੇਜ ਕੀਤਾ ਧੰਨਵਾਦ ਭਾਈ ਤੁਹਾਡਾ ਵੀ ਤੁਹਾਨੂੰ ਬੀ ਥੈਂਕ ਯੂ ਥੈਂਕ ਯੂ ਏਸੀਜੀ ਸਾਡੇ ਨਾਲ ਬਿੱਟੂ ਮਾਨ ਜੀ ਬਿੱਟੂ ਮਾਨ ਫਿਲਮ ਪ੍ਰੋਡਕਸ਼ਨ ਤੋਂ ਤੇ ਮਿਲਦੇ ਹਾਂ ਅੱਗੇ